ਬਿਨਾਂ ਦੱਸੇ ਹੀ ਫਿਲਮਾਂ ਚੋਂ ਕਰ ਦਿੰਦੇ ਸੀ ਪ੍ਰੋਡਿਊਸਰ। ਐਕਟਰੈਸ ਨੇ ਇੰਟਰਵਿਊ ਦੌਰਾਨ ਕੀਤਾ ਆਪਣਾ ਦੁੱਖ ਸਾਂਝਾ। ਪੰਜਾਬੀ ਸਿਨੇਮਾ ਦੇ ਵਿੱਚ ਆਏ ਦਿਨ ਨਵੀਆਂ ਫਿਲਮਾਂ ਬਣਦੀਆਂ ਨੇ, ਨਵੇਂ ਚਿਹਰਿਆਂ ਨੂੰ ਇਹਨਾਂ ਫਿਲਮਾਂ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ। ਪਰ ਉੱਥੇ ਹੀ ਇੱਕ ਐਕਟਰੈਸ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ। ਐਕਟਰੈਸ ਦੇ ਕਹਿਣਾ ਸੀ ਕਿ ਮੈਨੂੰ ਬਿਨਾਂ ਦੱਸੇ ਹੀ ਫਿਲਮਾਂ ਦੇ ਵਿੱਚੋਂ ਪ੍ਰੋਡਿਊਸਰ ਜੋ ਸੀ ਸਾਈਡ ਲਾਈਨ ਕਰ ਦਿੰਦੇ ਸੀ। ਇਹ ਐਕਟਰੈਸ ਹੈ ਨਿਸ਼ਾ ਬਾਨੋ, ਜਿਨ੍ਹਾਂ ਨੂੰ ਅਸੀਂ ਹਾਲ ਹੀ ਦੇ ਵਿੱਚ ਦਲਜੀਤ ਦੋਸਾਂਝ ਦੇ ਨਾਲ ਫਿਲਮ ਚਮਕੀਲਾ ਦੇ ਵਿੱਚ ਸੋਨੀਆ ਦੇ ਕਿਰਦਾਰ ਦੇ ਵਿੱਚ ਵੇਖਿਆ ਸੀ। ਐਕਟਰੈਸ ਦਾ ਕਹਿਣਾ ਸੀ ਕਿ ਉਸ ਨੂੰ ਫਿਲਮਾਂ ਦੇ ਲਈ ਸਾਈਨ ਤਾਂ ਕਰ ਲਿਆ ਜਾਂਦਾ ਸੀ, ਪਰ ਜਦੋਂ ਫਿਲਮਾਂ 'ਚੋਂ ਕੱਢਦੇ ਸੀ ਤਾਂ ਇਨਫੋਰਮ ਨਹੀਂ ਕੀਤਾ ਜਾਂਦਾ ਸੀ। ਐਕਟਰੈਸ ਦਾ ਕਹਿਣਾ ਸੀ ਕਿ ਜਦੋਂ ਫਿਲਮ ਦੀ ਪ੍ਰੈਸ ਕਾਨਫਰੰਸ ਹੁੰਦੀ ਸੀ ਤਾਂ ਉਸ ਦਿਨ ਨਿਸ਼ਾ ਬਾਨੋ ਨੂੰ ਪਤਾ ਲੱਗਦਾ ਸੀ ਕਿ ਉਹ ਇਸ ਫਿਲਮ ਦਾ ਹੁਣ ਹਿੱਸਾ ਨਹੀਂ ਰਹੀ ਹੈ। ਉਸ ਨੂੰ ਇਸ ਫਿਲਮ 'ਚ ਜੋਆ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਐਕਟਰੈਸ ਕਹਿੰਦੀ ਕਿ ਮੈਨੂੰ ਬਹੁਤ ਜ਼ਿਆਦਾ ਉਦੋਂ ਬੁਰਾ ਲੱਗਦਾ ਸੀ। ਅਤੇ ਇਸ ਦੇ ਨਾਲ ਹੀ ਐਕਟਰੈਸ ਨੇ ਕਿਹਾ ਕਿ ਮੈਂ ਉਸ ਤੋਂ ਬਾਅਦ ਸੋਚਿਆ ਕਿ ਹੁਣ ਕੁਝ ਕਰਕੇ ਦਿਖਾਉਣਾ, ਇੱਕ ਦਿਨ ਅਜਿਹਾ ਨਾਮ ਬਣਾਉਣਾ ਹੈ ਕਿ ਇਸ ਪਰਸਨ ਨੂੰ ਅਫਸੋਸ ਹੋਵੇ ਕਿ ਮੈਨੂੰ ਕੱਢ ਕੇ ਕਿਸੇ ਹੋਰ ਜੋ ਸ਼ਖਸ ਹੈ ਉਸਨੂੰ ਫਿਲਮ ਦੇ ਵਿੱਚ ਥਾਂ ਦਿੱਤੀ ਹੈ। ਤਾਂ ਦੱਸ ਦਈਏ ਕਿ ਐਕਟਰੈਸ ਨੇ ਇਸੇ ਦੌਰਾਨ ਦਲਜੀਤ ਦੋਸਾਂਝ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਵੀ ਸਾਂਝਾ ਕੀਤਾ। ਐਕਟਰੈਸ ਨੇ ਕਿਹਾ ਕਿ ਜਦੋਂ ਫਿਲਮ ਦਾ ਪਹਿਲਾ ਸੀਨ ਸੀ, ਉਹ ਸੀਨ ਜੋ ਸੀ ਸਟੂਡੀਓ ਦੇ ਵਿੱਚ ਫਿਲਮਾਇਆ ਗਿਆ ਸੀਗਾ, ਜਦੋਂ ਦਲਜੀਤ ਦੋਸਾਂਝ ਦੀ ਚਮਕੀਲਾ ਵਜੋਂ ਅਤੇ ਨਿਸ਼ਾ ਬਾਨੋ ਦੀ ਸੋਨੀਆ ਵਜੋਂ ਜੋ ਆ ਸਟੂਡੀਓ ਦੇ ਵਿੱਚ ਐਂਟਰੀ ਹੁੰਦੀ ਆ, ਜਿੱਥੇ ਉਹਨਾਂ ਨੇ ਗਾਣਾ ਵੀ ਹੁੰਦਾ। ਅਤੇ ਐਕਟਰੈਸ ਕਹਿੰਦੀ ਕਿ ਉਹਨਾਂ ਦੇ ਬਹੁਤ ਲੰਬੇ ਡਾਇਲੋਗ ਵੀ ਹੁੰਦੇ ਆ, ਉਹ ਕਾਫੀ ਜ਼ਿਆਦਾ ਨਰਵਸ ਵੀ ਹੁੰਦੀ ਆ, ਬਟ ਫਿਰ ਵੀ ਉਹ ਦਲਜੀਤ ਦੋਸਾਂਝ ਨੂੰ ਜਾਣਦੀ ਸੀ, ਇਸ ਕਰਕੇ ਉਹਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਹੋਈ ਆ। ਉਹਨੇ ਵਧੀਆ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਕੰਮ ਕਰ ਲਿਆ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਫਿਲਮ ਦੇ ਵਿੱਚ ਕੰਮ ਕਰਕੇ ਉਹਨਾਂ ਦਾ ਐਕਸਪੀਰੀਅੰਸ ਜੋ ਸੀਗਾ ਕਾਫੀ ਜ਼ਿਆਦਾ ਵਧੀਆ ਰਿਹਾ ਸੀਗਾ। ਉਹਦੀ ਜੇ ਨਿਸ਼ਾ ਬਾਨੋ ਦੀ ਗੱਲ ਕਰੀਏ ਤਾਂ ਉਹ ਕੁਛ ਟਾਈਮ ਪਹਿਲਾਂ ਦਲਜੀਤ ਦੋਸਾਂਝ ਦੇ ਨਾਲ ਇੱਕ ਫੋਟੋ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਏ ਸੀ, ਜਦੋਂ ਨਿਸ਼ਾ ਬਾਨੋ ਨੂੰ ਦਲਜੀਤ ਦੋਸਾਂਝ ਦੀ ਵਾਈਫ ਆਖਿਆ ਗਿਆ ਸੀ। ਅਤੇ ਇਹ ਖਬਰਾਂ ਜੋ ਸੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ। ਉਸ ਤੋਂ ਬਾਅਦ ਨਿਸ਼ਾ ਬਾਨੋ ਨੇ ਇਸ ਦੀ ਜਸਟੀਫਿਕੇਸ਼ਨ ਵੀ ਦਿੱਤੀ ਸੀ ਕਿ ਕੋਈ ਮੈਨੂੰ ਵੀ ਪੁੱਛ ਲਵੋ ਕਿ ਮੇਰਾ ਵਿਆਹ ਜੋ ਆ ਕਿਸੇ ਹੋਰ ਨਾਲ ਹੋਇਆ, ਨਾ ਕਿ ਦਲਜੀਤ ਦੋਸਾਂਝ ਨਾਲ। ਅਸੀਂ ਇੱਕ ਫਿਲਮ ਦੇ ਵਿੱਚ ਇਕੱਠਾ ਕੰਮ ਕੀਤਾ ਸੀਗਾ। ਇਹ ਉਦੋਂ ਦੀ ਤਸਵੀਰ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਬਿਨਾਂ ਦੱਸੇ ਹੀ ਫਿਲਮਾਂ 'ਚੋਂ ਕੱਢ ਦਿੰਦੇ ਸੀ ਪ੍ਰੋਡਿਊਸਰ। ਐਕਟਰੈਸ ਨੇ ਇੰਟਰਵਿਊ ਦੌਰਾਨ ਕੀਤਾ ਆਪਣਾ ਦੁੱਖ ਸਾਂਝਾ। ਪੰਜਾਬੀ ਸਿਨੇਮਾ ਦੇ ਵਿੱਚ ਆਏ ਦਿਨ ਨਵੀਆਂ ਫਿਲਮਾਂ ਬਣਦੀਆਂ ਨੇ, ਨਵੇਂ ਚਿਹਰਿਆਂ ਨੂੰ ਇਹਨਾਂ ਫਿਲਮਾਂ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ। ਪਰ ਉੱਥੇ ਹੀ ਇੱਕ ਐਕਟਰੈਸ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ। ਐਕਟਰੈਸ ਦਾ ਕਹਿਣਾ ਸੀ ਕਿ ਮੈਨੂੰ ਬਿਨਾਂ ਦੱਸੇ ਹੀ ਫਿਲਮਾਂ ਦੇ ਵਿੱਚੋਂ ਪ੍ਰੋਡਿਊਸਰ ਜੋ ਸੀ ਸਾਈਡ ਲਾਈਨ ਕਰ ਦਿੰਦੇ ਸੀ। ਇਹ ਐਕਟਰੈਸ ਹੈ ਨਿਸ਼ਾ ਬਾਨੋ, ਜਿਨ੍ਹਾਂ ਨੂੰ ਅਸੀਂ ਹਾਲ ਹੀ ਦੇ ਵਿੱਚ ਦਲਜੀਤ ਦੋਸਾਂਝ ਦੇ ਨਾਲ ਫਿਲਮ ਚਮਕੀਲਾ ਦੇ ਵਿੱਚ ਸੋਨੀਆ ਦੇ ਕਿਰਦਾਰ ਦੇ ਵਿੱਚ ਵੇਖਿਆ ਸੀ। ਐਕਟਰੈਸ ਦਾ ਕਹਿਣਾ ਸੀ ਕਿ ਉਸ ਨੂੰ ਫਿਲਮਾਂ ਦੇ ਲਈ ਸਾਈਨ ਤਾਂ ਕਰ ਲਿਆ ਜਾਂਦਾ ਸੀ, ਪਰ ਜਦੋਂ ਫਿਲਮਾਂ 'ਚੋਂ ਕੱਢਦੇ ਸੀ ਤਾਂ ਇਨਫੋਰਮ ਨਹੀਂ ਕੀਤਾ ਜਾਂਦਾ ਸੀ। ਐਕਟਰੈਸ ਦਾ ਕਹਿਣਾ ਸੀ ਕਿ ਜਦੋਂ ਫਿਲਮ ਦੀ ਪ੍ਰੈਸ ਕਾਨਫਰੰਸ ਹੁੰਦੀ ਸੀ ਤਾਂ ਉਸ ਦਿਨ ਨਿਸ਼ਾ ਬਾਨੋ ਨੂੰ ਪਤਾ ਲੱਗਦਾ ਸੀ ਕਿ ਉਹ ਇਸ ਫਿਲਮ ਦਾ ਹੁਣ ਹਿੱਸਾ ਨਹੀਂ ਰਹੀ ਹੈ। ਉਸ ਨੂੰ ਇਸ ਫਿਲਮ 'ਚ ਜੋਆ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਐਕਟਰੈਸ ਕਹਿੰਦੀ ਕਿ ਮੈਨੂੰ ਬਹੁਤ ਜ਼ਿਆਦਾ ਉਦੋਂ ਬੁਰਾ ਲੱਗਦਾ ਸੀ। ਅਤੇ ਇਸ ਦੇ ਨਾਲ ਹੀ ਐਕਟਰੈਸ ਨੇ ਕਿਹਾ ਕਿ ਮੈਂ ਉਸ ਤੋਂ ਬਾਅਦ ਸੋਚਿਆ ਕਿ ਹੁਣ ਕੁਝ ਕਰਕੇ ਦਿਖਾਉਣਾ, ਇੱਕ ਦਿਨ ਅਜਿਹਾ ਨਾਮ ਬਣਾਉਣਾ ਹੈ ਕਿ ਇਸ ਪਰਸਨ ਨੂੰ ਅਫਸੋਸ ਹੋਵੇ ਕਿ ਮੈਨੂੰ ਕੱਢ ਕੇ
ਕਿਸੇ ਹੋਰ ਜੋ ਸ਼ਖਸ ਹੈ ਉਸਨੂੰ ਫਿਲਮ ਦੇ ਵਿੱਚ ਥਾਂ ਦਿੱਤੀ ਹੈ। ਤਾਂ ਦੱਸ ਦਈਏ ਕਿ ਐਕਟਰਸ ਨੇ ਇਸੇ ਦੌਰਾਨ ਦਲਜੀਤ ਦੋਸਾਂਝ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਵੀ ਸਾਂਝਾ ਕੀਤਾ। ਐਕਟਰਸ ਨੇ ਕਿਹਾ ਕਿ ਜਦੋਂ ਫਿਲਮ ਦਾ ਪਹਿਲਾ ਸੀਨ ਸੀ, ਉਹ ਸੀਨ ਜੋ ਸੀ ਸਟੂਡੀਓ ਦੇ ਵਿੱਚ ਫਿਲਮਾਇਆ ਗਿਆ ਸੀਗਾ, ਜਦੋਂ ਦਲਜੀਤ ਦੋਸਾਂਝ ਦੀ ਚਮਕੀਲਾ ਵਜੋਂ ਅਤੇ ਨਿਸ਼ਾ ਬਾਨੋ ਦੀ ਸੋਨੀਆ ਵਜੋਂ ਜੋ ਆ ਸਟੂਡੀਓ ਦੇ ਵਿੱਚ ਐਂਟਰੀ ਹੁੰਦੀ ਆ, ਜਿੱਥੇ ਉਹਨਾਂ ਨੇ ਗਾਣਾ ਵੀ ਹੁੰਦਾ। ਅਤੇ ਐਕਟਰਸ ਕਹਿੰਦੀ ਕਿ ਉਹਨਾਂ ਦੇ ਬਹੁਤ ਲੰਬੇ ਡਾਇਲੋਗ ਵੀ ਹੁੰਦੇ ਆ, ਉਹ ਕਾਫੀ ਜ਼ਿਆਦਾ ਨਰਵਸ ਵੀ ਹੁੰਦੀ ਆ, ਬਟ ਫਿਰ ਵੀ ਉਹ ਦਲਜੀਤ ਦੋਸਾਂਝ ਨੂੰ ਜਾਣਦੀ ਸੀ, ਇਸ ਕਰਕੇ ਉਹਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਹੋਈ ਆ। ਉਹਨੇ ਵਧੀਆ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਕੰਮ ਕਰ ਲਿਆ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਫਿਲਮ ਦੇ ਵਿੱਚ ਕੰਮ ਕਰਕੇ ਉਹਨਾਂ ਦਾ ਐਕਸਪੀਰੀਅੰਸ ਜੋ ਸੀਗਾ ਕਾਫੀ ਜ਼ਿਆਦਾ ਵਧੀਆ ਰਿਹਾ ਸੀਗਾ। ਉਹਦੀ ਜੇ ਨਿਸ਼ਾ ਬਾਨੋ ਦੀ ਗੱਲ ਕਰੀਏ ਤਾਂ ਉਹ ਕੁਛ ਟਾਈਮ ਪਹਿਲਾਂ ਦਲਜੀਤ ਦੋਸਾਂਝ ਦੇ ਨਾਲ ਇੱਕ ਫੋਟੋ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਏ ਸੀ, ਜਦੋਂ ਨਿਸ਼ਾ ਬਾਨੋ ਨੂੰ ਦਲਜੀਤ ਦੋਸਾਂਝ ਦੀ ਵਾਈਫ ਆਖਿਆ ਗਿਆ ਸੀ ਅਤੇ ਇਹ ਖਬਰਾਂ ਜੋ ਸੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ। ਉਸ ਤੋਂ ਬਾਅਦ ਨਿਸ਼ਾ ਬਾਨੋ ਨੇ ਇਸ ਦੀ ਜਸਟੀਫਿਕੇਸ਼ਨ ਵੀ ਦਿੱਤੀ ਸੀ ਕਿ ਕੋਈ ਮੈਨੂੰ ਵੀ ਪੁੱਛ ਲਵੋ ਕਿ ਮੇਰਾ ਵਿਆਹ ਜੋ ਆ ਕਿਸੇ ਹੋਰ ਨਾਲ ਹੋਇਆ, ਨਾ ਕਿ ਦਲਜੀਤ ਦੋਸਾਂਝ ਨਾਲ। ਅਸੀਂ ਇੱਕ ਫਿਲਮ ਦੇ ਵਿੱਚ ਇਕੱਠਾ ਕੰਮ ਕੀਤਾ ਸੀਗਾ। ਇਹ ਉਦੋਂ ਦੀ ਤਸਵੀਰ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।